ਪੰਜਾਬੀ ਨੌਜਵਾਨ ਨੂੰ ਉਸ ਦੀ ਪਤਨੀ ਨੇ ਕੈਨੇਡਾ ਜਾ ਕੇ ਦਿੱਤਾ ਧੋਖਾ, ਨੰਬਰ ਪਾਤਾ ਬਲੌਕ ਲਿਸਟ ਦੇ ਵਿੱਚ ਅਤੇ ਕਰਵਾ ਲਿਆ ਕੈਨੇਡਾ 'ਚ ਦੂਸਰਾ ਵਿਆਹ। ਅਸੀਂ ਇਕੱਠੇ ਹੀ ਪਹਿਲੇ ਤਾਂ ਪੜ੍ਹਦੇ ਹੁੰਦੇ ਸੀ, ਠੀਕ ਆ ਜੀ, ਇਕੱਠੇ ਪੜ੍ਹਦਿਆਂ ਪੜ੍ਹਦਿਆਂ ਚਲੋ ਸਾਡਾ ਫੇਅਰ ਹੋ ਗਿਆ, ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ, ਮੈਰਿਜ ਕਰ ਲਈ। ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਉਹ, ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ। ਸਾਡਾ ਪਲੈਨ ਹੋਇਆ ਵੀ ਚੱਲ ਤੂੰ ਚਲੇ ਜਾ, ਵੀ ਕੋਈ ਗੱਲ ਨਹੀਂ, ਜਾ ਕੇ ਮੈਨੂੰ ਕਹਿੰਦੀ ਵੀ ਬੁਲਾ ਲਊਂਗੀ ਮੈਂ ਤੈਨੂੰ, ਚਲੀ ਗਈ। ਜਦੋਂ ਸਰ ਮੈਂ ਉਹਦੀਆਂ ਬਾਅਦ 'ਚ ਫੀਸਾਂ ਫੂਸਾਂ ਵੀ ਪੇ ਕੀਤੀਆਂ ਦੋ ਤਿੰਨ ਵਾਰੀ, ਹਾਂਜੀ ਇੱਕ ਸਾਲ ਬਾਅਦ ਫਿਰ ਇਹ ਵਾਪਸ ਮਤਲਬ ਕਿ ਇੰਡੀਆ ਆਈ, ਠੀਕ ਆ ਜੀ। ਜਦੋਂ ਆਈ ਫਿਰ ਵਾਪਸ ਗਈ ਉਹ, ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ। ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾ ਉੱਥੇ ਮੰਮੀ ਵੀ ਅਤੇ ਇੱਕ ਉਹਦੀ ਭੂਆ ਸਰ ਉਹ ਵੀ ਕੈਨੇਡਾ ਹੀ ਰਹਿੰਦੇ ਨੇ। ਜਦੋਂ ਵਾਪਸ ਗਈ ਉੱਥੇ ਉਹ, ਇਹਨਾਂ ਦੋਨਾਂ ਨੇ ਜਾ ਕੇ ਅਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਅਤੇ ਉਹਦਾ ਅਬੋਰਸ਼ਨ ਕਰਾ ਦਿੱਤਾ। ਚਾ ਇਹਨੇ ਸਾਰਾ ਹੀ ਬਲੌਕ ਕਰ ਦਿੱਤਾ ਮੈਨੂੰ। ਜਦੋਂ ਸਾਲ ਸਾਲ 6-6 ਮਹੀਨੇ ਨਹੀਂ ਫੋਨ ਕਰਦੀ ਹੈ ਨਾ, ਫਿਰ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ। ਫਿਰ ਹੌਲੀ ਹੌਲੀ ਮੈਂ ਵੀ ਉੱਥੋਂ ਮੇਰੇ ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਆ ਕੈਨੇਡਾ, ਮੈਂ ਫਿਰ ਹੌਲੀ ਹੌਲੀ ਇੱਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇੱਦਾਂ ਪਤਾ ਕਰੋ ਯਾਰ। ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ, ਉਹ ਕਹਿੰਦੇ ਵੀ ਯਾਰ ਤੂੰ ਤੇ ਕਿਹੜੇ ਚੱਕਰ 'ਚ ਤੁਰਿਆ ਫਿਰਦਾ, ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ, ਦੂਜੀ ਮੈਰਿਜ ਹੋ ਕੇ ਉਹਦਾ ਇੱਕ ਬੱਚਾ ਵੀ ਆ। ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚੱਲੇ ਜੀ। ਹਾਂਜੀ ਮੈਂ ਇਹਦੇ ਕੋਲ ਨੰਬਰ ਲਿਆ ਮੁੰਡੇ ਕੋਲ, ਮੈਂ ਆਖਿਆ ਵੀ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ। ਮੈਂ ਆਖਿਆ ਰਾਜਮੀਤ ਵੀ ਤੂੰ ਕਿਉਂ ਨਹੀਂ ਕਰਦੀ, ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੁਣ। ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ, ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ, ਨਾ ਮੈਂ ਤੁਹਾਡੇ ਨਾਲ ਕਰਨੀ। ਬਸ ਮੇਰੇ ਨਾਲ ਆਹ ਗੱਲਾਂ ਕੀਤੀਆਂ, ਮੈਂ ਮੁੜ ਕੇ ਕੋਈ ਗੱਲਬਾਤ ਹੀ ਨਹੀਂ ਕੀਤੀ, ਨਾ ਮੈਂ ਮੁੜ ਕੇ। ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਪਤਨੀ ਕੈਨੇਡਾ ਪਹੁੰਚਦੇ ਹੀ ਆਪਣੇ ਪਤੀ ਨੂੰ ਧੋਖਾ ਦੇ ਦਿੰਦੀ ਹੈ, ਅਤੇ ਅਜਿਹਾ ਹੀ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਜਿੱਥੇ ਦਾ ਇੱਕ ਨੌਜਵਾਨ ਜਿਸਨੇ 12 ਸਾਲ ਪਹਿਲਾਂ ਇੱਕ ਪੰਜਾਬੀ ਕੁੜੀ ਜਿਸਨੇ ਆਈਲੈਟਸ ਕੀਤੀ ਹੋਈ ਸੀ ਉਸ ਦੇ ਨਾਲ ਵਿਆਹ ਕਰਵਾਇਆ ਸੀ ਕਿ ਉਸਨੂੰ ਕੈਨੇਡਾ ਸਟੱਡੀ ਵੀਜ਼ੇ 'ਤੇ ਭੇਜਿਆ ਸੀ ਤਾਂ ਕਿ ਉਹ ਵੀ ਮਗਰ ਸਪਾਊਸ ਵੀਜ਼ੇ 'ਤੇ ਕੈਨੇਡਾ ਚਲੇ ਜਾਵੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਨੇ ਦੱਸਿਆ ਕਿ ਉਸਦੀ ਪਤਨੀ ਉਸਨੂੰ ਕੈਨੇਡਾ ਲੈ ਕੇ ਜਾਣ ਦਾ ਲਾਰਾ ਲਗਾਉਂਦੀ ਰਹੀ। 2-3 ਵਾਰ ਉਸਨੇ ਫਾਈਲ ਲਗਾਈ ਪਰ 2-3 ਵਾਰ ਵੀ ਉਸਨੂੰ ਵੀਜ਼ਾ ਨਹੀਂ ਮਿਲਿਆ, ਅਤੇ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਉਸਦੇ ਦੋਸਤਾਂ ਤੋਂ ਪਤਾ ਲੱਗਾ ਕਿ ਉਸਦੀ ਪਤਨੀ ਨੇ ਤਾਂ ਦੂਸਰਾ ਵਿਆਹ ਕਰਵਾ ਲਿਆ। ਵੀ ਮੇਰੇ ਨਾਲ ਇੱਕ ਬਹੁਤ ਵੱਡਾ ਮਤਲਬ ਗੇਮ ਹੋਈ ਆ, ਵਾਈਫ ਹੀ ਆ, ਠੀਕ ਆ, ਰਾਜਮੀਤ ਕੌਰ, ਠੀਕ ਆ, ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਅਮਰੀਕ ਸਿੰਘ ਜੀ, ਮੰਮੀ ਦਾ ਨਾਮ ਦੇ ਬਲਵਿੰਦਰ ਕੌਰ ਆ, ਠੀਕ ਆ ਜੀ। ਅਸੀਂ ਇਕੱਠੇ ਹੀ ਪਹਿਲੇ ਤਾਂ ਪੜ੍ਹਦੇ ਹੁੰਦੇ ਸੀ, ਠੀਕ ਆ ਜੀ, ਇਕੱਠੇ ਪੜ੍ਹਦਿਆਂ ਪੜ੍ਹਦਿਆਂ ਚਲੋ ਸਾਡਾ ਫੇਅਰ ਹੋ ਗਿਆ, ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ, ਮੈਰਿਜ ਕਰ ਲਈ। ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ 2-3 ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਉਹ, ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ। ਸਾਡਾ ਪਲੈਨ ਹੋਇਆ ਵੀ ਚੱਲ ਤੂੰ ਚਲੇ ਜਾ, ਵੀ ਕੋਈ ਗੱਲ ਨਹੀਂ, ਜਾ ਕੇ ਮੈਨੂੰ ਕਹਿੰਦੀ ਵੀ ਬੁਲਾ ਲਊਂਗੀ ਮੈਂ ਤੈਨੂੰ, ਠੀਕ ਆ। ਮੈਂ ਕਿਹਾ ਵੀ ਓਕੇ ਚਲੋ, ਮੈਂ ਜਾ ਉਹ ਚਲੀ ਗਈ। ਜਦੋਂ ਸਰ ਮੈਂ ਉਹਦੀਆਂ ਬਾਅਦ 'ਚ ਫੀਸਾਂ ਫੂਸਾਂ ਵੀ ਪੇ ਕੀਤੀਆਂ 2-3 ਵਾਰੀ, ਮੇਰਾ ਅਪਲਾਈ ਵੀ ਕੀਤਾ, ਠੀਕ ਆ ਜੀ। ਉਹ ਅਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੇ ਰਹੇ, ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ, ਠੀਕ ਆ ਜੀ। ਰਿਫਿਊਜ਼ ਲੈਟਰ ਵੀ ਹੈਗੀਆਂ ਮੇਰੇ ਤੋਂ ਪਈਆਂ, ਉਹ ਮੈਂ ਤੁਹਾਨੂੰ ਦੇ ਦੇਵਾਂਗਾ। ਹਾਂਜੀ ਇੱਕ ਸਾਲ ਬਾਅਦ ਫਿਰ ਇਹ ਵਾਪਸ ਮਤਲਬ ਕਿ ਇੰਡੀਆ ਆਈ। ਆਈ ਜਦੋਂ ਤੇ ਚਲੋ ਜੀ, ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ, ਆਪਾਂ ਕੋਈ ਚੱਕਰ ਨਹੀਂ, ਹੌਲੀ ਹੌਲੀ ਤੂੰ ਆ ਜਾ, ਕੋਈ ਗੱਲ ਨਹੀਂ ਵੀ ਆਪਾਂ ਜ਼ਿੰਦਗੀ 'ਚ ਬਾਅਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ, ਕੋਈ ਚੱਕਰ ਨਹੀਂ ਗਾ, ਠੀਕ ਆ ਜੀ। ਜਦੋਂ ਆਈ ਫਿਰ ਵਾਪਸ ਗਈ ਉਹ, ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ। ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾ ਉੱਥੇ ਮੰਮੀ ਵੀ ਅਤੇ ਇੱਕ ਉਹਦੀ ਭੂਆ ਸਰ ਉਹ ਵੀ ਕੈਨੇਡਾ ਹੀ ਰਹਿੰਦੇ ਨੇ। ਜਦੋਂ ਵਾਪਸ ਗਈ ਉੱਥੇ ਉਹ, ਇਹਨਾਂ ਦੋਨਾਂ ਨੇ ਜਾ ਕੇ ਅਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਅਤੇ ਉਹਦਾ
ਅਬੋਰਸ਼ਨ ਕਰਾਤਾ। ਠੀਕ ਹੈ ਜੀ, ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸਿੰਘ ਆ, ਛੋਟਾ ਹਰਮਨ ਹੈ, ਵੀ ਹਰਮਨ ਵੀ ਮੇਰੇ ਕਾਲਜ ਇੱਦਾਂ ਆ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ $300 ਪੇ ਕਰ ਦਈਏ ਤਾਂ ਸਾਰਾ ਖਰਚਾ ਕਾਲਜ ਚੱਕੂਗਾ। ਮੈਂ ਉਹ ਵੀ ਪੇ ਕੀਤਾ ਇਹਨੂੰ ਇਸ, ਠੀਕ ਹੈ ਜੀ। ਫਿਰ ਉਹਦੇ ਬਾਵਜੂਦ ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਕਸ਼ੇ ਲੱਗ ਕੇ ਇਹਨੇ ਫਿਰ ਵੀ ਆਹ ਕਦਮ ਚੱਕਿਆ ਵੀ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਹੀ ਸਮਝੋ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜ੍ਹਾ ਚਿਰ ਰੁਕ ਜਾ ਵੀ ਮੈਂ ਹੁਣ ਅਪਲਾਈ ਕਰਦੇ ਹਾਂ, ਮੇਰੀ ਪੀਅਰ ਅਪਲਾਈ ਪੈਣ ਵਾਲੀ ਆ, ਮੇਰੇ ਹੋ ਠੀਕ ਹੈ ਦੀ ਮੇਰੀ ਸਪਲੀ ਆ ਗਈ ਆ, ਇਹ ਹੁਣ ਮੇਰੇ ਐਰਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ, ਮੇਰਾ ਸਮੈਸਟਰ ਕਲੀਅਰ ਹੋ ਗਿਆ ਅਤੇ ਫਿਰ ਮੈਂ ਆਪਣੇ ਪੇਪਰ ਅਪਲਾਈ ਕਰ ਦੇਣੇ ਆ, ਮੈਨੂੰ ਪੀਅਰ ਮਿਲ ਜਾਣੀ ਆ, ਅਜੇ ਮੈਂ ਪਰਮਾਨੈਂਟ ਰੈਜ਼ੀਡੈਂਸ ਨਹੀਂ ਆ ਉੱਥੇ ਮੇਰੇ ਕੋਲ, ਹੈ ਨਾ, ਇੱਦਾਂ ਦੇ ਲਾਰੇ ਲਾਉਂਦੀ ਰਹੀ। ਠੀਕ ਹੈ ਜੀ ਸਰ, ਚਲੋ ਜੀ ਮੈਂ ਵੀ ਇੱਥੇ ਭੋਲ ਜੰਟ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਕਿੰਨੀ ਕੁ ਆਪਾਂ ਨੂੰ ਨੌਲੇਜ ਹੈ ਇੱਥੇ ਦੇ। ਠੀਕ ਹੈ ਜੀ, ਇੱਦਾਂ ਦੇ ਲਾਰੇ ਲਾਉਂਦੇ ਰਹੇ ਅਤੇ ਉਹ ਮੈਨੂੰ ਸਰ ਹੁਣ ਇੱਦਾਂ 2017 'ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਵੀ ਅਪਲਾਈ ਕੀਤਾ ਮੈਂ, ਉਹ ਮੈਂ ਤੁਹਾਨੂੰ ਦੂੰਗਾ ਪੇਪਰ ਸਾਰਾ ਜੋ ਵੀ ਆ। ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ, ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ। ਠੀਕ ਆ, ਗੇਮ ਖੇਡੀ ਇਹ ਵੀ ਸਰ ਮੇਰਾ ਮੈਡੀਕਲ ਕਰਾ ਕਰੂ ਕੇ ਸਾਰਾ ਕੁਛ ਕਰਾ ਕੇ ਮੇਰੇ ਕੋਲ ਮਤਲਬ ਕਿ ਸਾਰਾ ਕੁਛ ਲੈ ਮਤਲਬ ਸਾਇੰਸ ਹੁਣ ਕਹਿ ਮੈਨੂੰ ਇੰਨਾ ਕਿਹਾ ਵੀ ਆਪਣੇ ਝਾਂਸੇ 'ਚ ਲਿਆ ਵੀ ਅਸੀਂ ਐਰਕਾ ਪੇਪਰ ਇੱਥੋਂ ਇੰਡੀਆ ਤੋਂ ਨਹੀਂ ਅਪਲਾਈ ਕਰਨੇ, ਐਰਕਾ ਅਸੀਂ ਕੈਨੇਡਾ ਤੋਂ ਅਪਲਾਈ ਕਰਨੇ ਆ। ਠੀਕ ਆ ਜੀ, ਕੈਨੇਡਾ ਤੋਂ ਅਪਲਾਈ ਕਰਨੇ ਆ ਅਤੇ ਤੂੰ ਇੱਦਾਂ ਕਰ ਸਾਨੂੰ ਸਾਰਾ ਕੁਛ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਾਨੂੰ ਸਕੈਨ ਕਰਕੇ ਸਾਨੂੰ ਭੇਜ ਦੇ, ਅਸੀਂ ਐਰਕਾ ਕੈਨੇਡਾ ਤੋਂ ਹੀ ਅਪਲਾਈ ਕਰਦੇ ਹਾਂ। ਮੈਂ ਕਿਹਾ ਚਲੋ ਠੀਕ ਆ ਜੀ। ਲੁਧਿਆਣੇ ਤੋਂ ਸਰ ਮੈਂ ਆਪਣਾ ਕਰਵਾਇਆ ਮੈਡੀਕਲ, ਜੋ ਵੀ ਸਾਰਾ ਕੁਛ ਮੇਰੇ ਕੋਲ ਰਸੀਦਾਂ ਪਈਆਂ ਸਨ ਸਾਰਾ ਕੁਛ ਮੈਂ ਅਟੈਚ ਕਰ ਲਿਆਂਗੇ, ਠੀਕ ਹੈ ਨਾਲ ਆਪਾਂ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਇਹਨਾਂ ਨੇ ਸਰ ਫਿਰ ਵੀ ਮੈਨੂੰ ਬਾਅਦ 'ਚ ਮੈਂ ਇਹਨੂੰ ਪੁੱਛਦਾ ਰਿਹਾ ਵੀ ਹਾਂ ਕਿੱਦਾਂ ਵੀ ਮੇਰਾ ਰਿਜ਼ਲਟ ਕਿੰਨਾ, 2-3 ਮਹੀਨੇ ਬਾਅਦ ਵੀ ਹਾਂਜੀ ਕਿੱਦਾਂ ਵੀ ਹਾਂ ਹੁਣ ਆ ਗਿਆ ਰਿਜ਼ਲਟ। ਇਹ ਮੈਨੂੰ ਫਿਰ ਵੀ ਫਿਰ ਲਾਰੇ ਲਾਉਂਦੀ ਰਹੀ, ਅਜੇ ਨਹੀਂ ਆਇਆ ਅਜੇ ਨਹੀਂ ਆਇਆ, ਉਹ ਪੈਂਡਿੰਗ 'ਚ ਦੇਈ ਜਾਂਦੇ ਆ ਪੈਂਡਿੰਗ 'ਚ ਦੇਈ ਜਾਂਦੇ ਆ। ਉਹ ਤੋਂ ਬਾਅਦ ਸਰ ਫਿਰ ਇਹਨੇ ਮੈਨੂੰ ਬਿਲਕੁਲ ਹੀ 4 ਸਫੇਰੇ ਬਲੌਕ ਕਰ। ਠੀਕ ਹੈ, ਚੱਕ ਹੁਣ ਸਰ ਹੁਣ ਕੀ ਹੋਇਆ ਵੀ ਸਰ ਚਾ ਇਹਨੇ ਸਾਰਾ ਹੀ ਬਲੌਕ ਕਰਤਾ ਮੈਨੂੰ। ਜਦੋਂ ਫਿਰ ਜਦੋਂ ਮੈਨੂੰ ਮੈਂ ਹੋਇਆ ਨਾ ਵੀ ਹਾਂ ਵੀ ਯਾਰ ਹੁਣ ਤਾਂ ਮੈਨੂੰ ਮਤਲਬ ਕਿ ਚਾ ਯਾਰ ਇਹ ਬਹੁਤ ਸਾਲ 6-6 ਮਹੀਨੇ ਨਹੀਂ ਫੋਨ ਕਰਦੀ, ਹੈ ਨਾ, ਫਿਰ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ। ਫਿਰ ਹੌਲੀ ਹੌਲੀ ਮੈਂ ਵੀ ਉੱਥੋਂ ਮੇਰੇ ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਆ ਕੈਨੇਡਾ, ਮੈਂ ਉਹਨਾਂ ਨੂੰ ਫਿਰ ਕਿਹਾ ਵੀ ਮੈਂ ਕਿਹਾ ਯਾਰ ਇੱਦਾਂ ਇੱਦਾਂ ਕਰਕੇ ਉਹਨਾਂ, ਕਿਉਂਕਿ ਉਹਨਾਂ ਨੇ ਵੀ 1-2 ਵਾਰੀ ਇਹਦੀ ਮਦਦ ਕਰ ਕੀਤੀ ਸੀ, ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋੜ ਪਈ ਸੀ ਉੱਥੇ ਵੀ ਇੱਕ ਵਾਰੀ $500 ਦੀ। ਮੇਰਾ ਯਾਰ ਦੋਸਤ ਆ ਮਲਕੀਤ ਸ਼ਾਹਪੁਰ ਤੋਂ, ਆ ਉਦਨਵਾਲ ਮੇਰੇ ਲਾਗੇ ਹੀ ਆ ਸਾਡੇ ਪਿੰਡ ਜੀ, ਉਹ ਦੇ ਕੇ ਵੀ ਆਇਆ ਸੀ। ਅਤੇ ਮੈਂ ਫਿਰ ਹੌਲੀ ਹੌਲੀ ਇੱਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇੱਦਾਂ ਪਤਾ ਕਰੋ ਯਾਰ, ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਤੂੰ ਤੇ ਕਿਹੜੇ ਚੱਕਰ 'ਚ ਤੁਰਿਆ ਫਿਰਦਾ, ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ, ਦੂਜੀ ਮੈਰਿਜ ਹੋ ਕੇ ਉਹਦਾ ਇੱਕ ਬੱਚਾ ਵੀ ਆ। ਉਹ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰੇ ਨਾਲ ਐਡਾ ਵੱਡਾ ਇਹ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ, ਹੁਣ ਮੈਨੂੰ ਕੋਈ ਇਨਸਾਫ ਮਿਲੇ ਇਹਦਾ। ਠੀਕ ਆ ਜੀ, ਮੈਂ ਇਸ ਦੇ ਚੱਕਰ ਵਿੱਚ ਆਪਣੀ ਪੈਲੀ ਵੀ ਵੇਚ ਚੁੱਕਾ। ਠੀਕ ਆ, ਪਹਿਲਾਂ ਮੈਂ ਲਿਮਿਟ ਬਣਾ ਆਪਣਾ ਕਿ ਇਹਦੀ ਫੀਸ ਪੇ ਕਰਦਾ ਰਿਹਾ, ਮੁੜ ਕੇ ਮੈਂ ਉਹ ਲਿਮਿਟ ਮੇਰੀ ਐਡੀ ਵੱਡੀ ਸੀ 15 ਲੱਖ ਦੀ, ਉਹ ਤਰਦੀ ਨਹੀਂ ਸੀ, ਉਹ ਉਹਨੂੰ ਲਿਮਿਟ ਨੂੰ ਲਾਉਣ ਦੇ ਲਈ ਪੈਲੀ ਵੇਚੀ 2 ਕਿੱਲੇ। ਹੁਣ ਸਰ ਮੈਂ ਮਜਬੂਰ ਹਾਂ ਅਤੇ ਮੈਂ ਸਰ ਇਹੀ
ਮੈਡਮ ਡੀਐਸਪੀ ਨੂੰ ਵੀ ਬੇਨਤੀ ਕਰਾਂਗਾ ਵੀ ਸਰ ਪਲੀਜ਼ ਮੇਰੀ ਕਿਰਪਾ ਕਰਕੇ ਸਰ, ਕੀ ਮੈਂ ਇਮੋਸ਼ਨਲ ਹੋ ਗਿਆ ਸਰ ਵੀ ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚੱਲੇ ਜੀ। ਹਾਂਜੀ ਮੈਂ ਇਹਦੇ ਕੋਲ ਨੰਬਰ ਲਿਆ ਮੁੰਡੇ ਕੋਲ, ਮੈਂ ਆਖਿਆ ਵੀ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ। ਮੈਂ ਆਖਿਆ ਰਾਜਮੀਤ ਵੀ ਤੂੰ ਕਿਉਂ ਨਹੀਂ ਕਰਦੀ, ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੁਣ। ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ, ਨਾ ਮੈਂ ਤੁਹਾਡੇ ਨਾਲ ਕਰਨੀ। ਬਸ ਮੇਰੇ ਨਾਲ ਆਹ ਗੱਲਾਂ ਕੀਤੀਆਂ, ਮੈਂ ਮੁੜ ਕੇ ਕੋਈ ਗੱਲਬਾਤ ਹੀ ਨਹੀਂ ਕੀਤੀ, ਨਾ ਮੈਂ ਮੁੜਕੇ ਨੂੰ ਫੋਨ ਕੀਤਾ। ਮੈਂ ਕਿਹਾ ਹਰਮਨ ਇੱਦਾਂ ਕਹਿੰਦੀ ਹੈ ਮੈਨੂੰ, ਕਹਿੰਦਾ ਕੋਈ ਨਹੀਂ ਮੰਮੀ। ਮੈਂ ਕਿਸੇ ਵੀ ਰਿਸ਼ਤੇਦਾਰ ਕੋਲ ਨਾ ਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ, ਆਦਮੀ ਮੇਰਾ ਸਿਰ ਤੇ ਨਹੀਂ, ਮੈਂ ਕਿਤੇ ਗਈ ਨਹੀਂ। ਅਸੀਂ ਇਨਸਾਫ ਹੀ ਮੰਗਦੇ ਹਾਂ ਜੀ, ਜੋ ਸਾਡਾ ਲੱਗਾ ਲਾਣਾ ਸਾਨੂੰ ਸਾਡਾ ਦੇ ਦੇ, ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦੇਵੇ ਸਾਨੂੰ। ਸਾਨੂੰ 14 ਸਾਲ ਹੋ ਗਏ ਵੇਟ ਕਰਦਿਆਂ ਨੂੰ, ਸਾਡਾ ਵੀ ਕੋਈ ਸੋਚ ਲਵੇ, ਅਸੀਂ ਤੇ ਇਹੋ ਚਾਹੁੰਦੇ ਹਾਂ।